ਤਨ ਕਿਸ ਬਦਬਖਤ ਆਖਿਆ ਜੋ ਰਜ਼ਾ ਦੀ ਦਾੜੀ ਦਵਾ ਲੇ ਤਾਂ ਮੇਰੀ ਦਾੜੀ ਦਵਾ ਲੇ। ਵਾਹ 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 ਵਾਹ, ਕੀ ਬਾਤ ਹੈ, ਬੋਲ ਪਏ ਤੁਸੀਂ। ਫਰਮਾਇਆ ਤੈਨੂੰ ਕਹਿ ਬਦਬਖਤ ਆਖਿਆ ਜੋ ਇਮਾਮ ਦੀ ਦਾੜੀ ਦਵਾ ਲੇ ਤਾਂ ਮੇਰੀ ਦਾੜੀ ਦਵਾ ਲੇ। ਉਸ ਆਖਿਆ ਤੇਰੀ ਦਾੜੀ ਦੇ ਵਿੱਚ ਇਤਨਾ ਕਰਾਮਤ। ਉਸ ਆਖਿਆ ਆਮ ਦਾੜੀ ਨਹੀਂ, ਇਸ ਦਾੜੀ ਨਾਲ ਮੈਂ ਰਜ਼ਾ ਦੀਆਂ ਜੁੱਤੀਆਂ ਸਾਫ਼ ਕਰਦਾ। ਤਵੱਜੋ ਹੋ ਗਈ ਸਾਰਿਆਂ ਦੀ। ਲਓ ਇੱਕ ਕਸੀਦਾ ਸੁਣੋ, ਇਮਾਮ ਹੁਸੈਨ ਬਾਦਸ਼ਾਹ ਦਾ ਕਸੀਦਾ ਸੁਣਾਓ ਸ਼ਾਹ ਜੀ, ਇਮਾਮ ਹੁਸੈਨ ਦਾ ਕਸੀਦਾ। ਉਹਦੇ ਬਾਅਦ ਥੋੜ੍ਹਾ ਜਿਹਾ ਜ਼ਿਕਰ ਮਾ ਸਾਹਿਬ, ਸਲਵਾਤ ਹਰ ਬੰਦੇ ਨੂੰ ਯਾਦ ਹੈ ਅਤੇ ਹਰ ਬੰਦਾ ਪੜ੍ਹੇ ਕਰ ਬਲਾ ਲਿਆ ਤਸ। ਹਾਂਜੀ ਹੁਸੈਨ, ਚਲੋ ਇੰਜੇ ਪਾਲ ਲਓ, ਇੰਜੇ ਪਾਲ ਲਓ, ਤੁਹਾਡਾ ਹੱਕ ਹੀ ਦਿਓ ਆ ਇਹਨਾਂ ਨੂੰ। ਸ਼ੁਰੂ ਕਰੋ, ਸ਼ੁਰੂ ਕਰੋ। ਇੰਜੇ ਹੁਸੈਨ ਨਾ ਹੁੰਦਾ ਹਰ ਪਾਸ ਰਾਮ ਰਾਮ ਹੁੰਦਾ, ਤਬਲੀਗ ਹੋ ਜਾਏ, ਇਬਤਦਾ ਚ ਤਬਲੀਗ ਹੋ ਜਾਏ। ਹੁੰਦਾ ਜੇ ਹੁਸੈਨ ਨਾ ਹੁੰਦਾ ਹਰ ਪਾਸ ਰਾਮ ਰਾਮ ਹੁੰਦਾ, ਹਰ ਪਾਸ ਰਾਮ ਰਾਮ ਹੁੰਦਾ, ਜੇ ਹੁਸੈਨ ਨਾ ਹੁੰਦਾ ਰਾਮ ਰਾਮ ਹੁੰਦਾ, ਜੇ ਹੁਸੈਨ ਨਾ ਹੁੰਦਾ। ਬਿਸਮਿਲ੍ਲਾ ਮੇਰਾ ਖੈਰ ਹੋਵੇ ਬੇਟਾ। ਜੇ ਹੁਸੈਨ ਨਾ ਹੁੰਦਾ, ਤੁਹਾਡੀ ਖੈਰ ਹੋਵੇ ਮਕਸੂਦ ਸ਼ਾਹ। ਜੇ ਹੁਸੈਨ ਨਾ ਹੁੰਦਾ ਹਰ ਪਾਸ ਰਾਮ ਰਾਮ ਹੁੰਦਾ, ਜੇ ਹੁਸੈਨ ਨਾ ਹੁੰਦਾ ਹਰ ਪਾਸ ਰਾਮ ਰਾਮ ਹੁੰਦਾ। ਹੱਥ ਖੜਾ ਕਰਕੇ ਹੈਦਰੀ ਸ਼ਾਬਾਸ਼, ਇਬਤਦਾ ਮਿਲਣਾ ਸੀ। ਜੇ ਹੁਸੈਨ ਨਾ ਹੁੰਦਾ ਹਰ ਪਾਸ ਰਾਮ ਰਾਮ ਹੁੰਦਾ, ਮੈਂ ਸਹੀ ਪਿਆ ਆਖਦਾ, ਫਿਰ ਤਾਈਦ ਕਿਉਂ ਨਹੀਂ ਕਰਦੇ? ਸ਼ਾਬਾਸ਼ ਬੇਟਾ, ਸ਼ਾਬਾਸ਼। ਰਾਮ ਰਾਮ ਹੁੰਦਾ ਜੇ ਹੁਸੈਨ ਨਾ ਹੁੰਦਾ, ਕਿਆ ਹੋਵਿਆ, ਹੋਵਿਆ ਕਿਆ? ਹਾਂਜੀ, ਕਿਆ ਹੋਵਿਆ? ਨਬੀ ਜਗਤ ਤੈਨੂੰ ਅੱਲਾ ਕੌਣ ਕਹਿੰਦਾ ਜੇ ਹੁਸੈਨ ਨਾ ਹੁੰਦਾ। ਬਿਸਮਿਲ੍ਲਾ, ਤੁਹਾਡੇ ਹੱਥਾਂ ਦੀ ਖੈਰ ਹੋਵੇ ਬੇਟਾ, ਮਿਹਰਬਾਨੀ। ਹਾਂ ਹਾਂ, ਮਾਲਿਕ ਤੁਹਾਡੇ ਰਾਜ਼ੀ ਹੋਵੇ। ਤੈਨੂੰ ਅੱਲਾ ਕੌਣ ਕਹਿੰਦਾ ਜੇ ਹੁਸੈਨ ਨਾ ਹੁੰਦਾ। ਰਾਤ ਦੇ 2 ਵਜੇ 2 ਸਿੱਖ ਆਏ ਗੁਰੂ ਨਾਨਕ ਕੋਲ, ਰਾਤ ਦੇ 2 ਵਜੇ ਵੇਖਣ ਤਾਂ ਤਸਵੀਰ ਬੈਠਾ ਪੜਦਾ ਹੈ, ਹੁਸੈਨ ਹੱਕ ਏ, ਹੁਸੈਨ ਹੱਕ ਏ। ਸਿੱਖਾ ਕਿਆ ਰਾਬਰ ਸਾਹਿਬ ਨਾ ਸ਼ੀਆਂ ਦੇ ਪੀਰ ਦਾ। ਉਸ ਕਿਹਾ ਮੈਂ ਤੁਹਾਡਾ ਕੀ ਆ? ਉਹਨਾਂ ਕਿਹਾ ਗੁਰੂ ਏ, ਤੇਰਾ ਹੁਕਮ ਅੱਲਾ ਦਾ ਹੁਕਮ ਏ, ਭਗਵਾਨ ਦਾ ਹੁਕਮ ਏ। ਉਸ ਕਿਹਾ ਮੈਂ ਹੁਕਮ ਦੇਣਾ ਧੀਆਂ ਨਾਲ ਸ਼ਾਦੀ ਕਰ ਲਓ। ਉਹਨਾਂ ਆਖਿਆ ਨਹੀਂ ਆਉਂਦੀ, ਭੈਣਾਂ ਨਾਲ ਕਰੋ, ਨਹੀਂ ਆਉਂਦੀ। ਗੁਰੂ ਨਾਨਕ ਕਹਿੰਦੇ ਕਿਉਂ ਨਹੀਂ ਆਉਂਦੀ? ਸਿੱਖਾ ਦਿਨ ਸਾਡਾ ਜ਼ਮੀਰ ਮਨਾ ਕਰਦਾ। ਗੁਰੂ ਨਾਨਕ ਕਹਿੰਦੇ ਇਸੀ ਜ਼ਮੀਰ ਕਾ ਨਾਮ ਹੁਸੈਨ ਹੈ। ਤੁਹਾਡੀ ਖੈਰ ਹੋਵੇ ਇਸ ਦੇ ਬੋਲਣ ਵਾਲੇ ਦੀ। ਮਿਲ ਕੇ ਹੈਦਰੀ ਹਰ ਪਾਸ ਜੇ ਹੁਸੈਨ ਨਾ ਹੁੰਦਾ, ਹਰ ਪਾਸ ਰਾਮ। ਸਮਝ ਆਈਏ ਬੇਟਾ ਤੈਨੂੰ, ਮੌਲਾ ਤੁਹਾਡੀ ਖੈਰ ਕਰੇ। ਸਿੱਖਾ ਕਿਆ ਹੁਸੈਨ ਤੇਰਾ ਮੋਸੇ ਨੇ? ਉਸੇ ਕਿਹਾ ਮੇਰਾ ਮੋਸੇ ਨਹੀਂ, ਉਹ ਆਲਮੀਨ ਦਾ ਮੋਸੇ ਨੇ, ਉਹ ਕਾਇਨਾਤ ਦਾ ਮੋਸੇ ਨੇ। ਉਹਨਾਂ ਆਖਿਆ ਕੋਈ ਇੱਕ ਅਹਿਸਾਨ ਤਾਂ ਦੱਸ ਮੇਰੇ ਪਾਸੇ ਵੇਖ ਬੇਟਾ। ਮਾਲਿਕ ਤੋਂ ਇੱਥੇ ਰਾਜ਼ੀ ਹੋਵੇ, ਜ਼ਿਕਰ ਜਿਤਨੇ ਆਏ ਬੈਠੇ ਹੋ ਹੁਸੈਨ ਤੁਹਾਡਾ ਟੁਰ ਆਇਆ ਕਬੂਲ ਕਰੇ। ਉਸੇ ਕਿਹਾ ਕੋਈ ਇੱਕ ਅਹਿਸਾਨ ਤਾਂ ਦੱਸ ਹੁਸੈਨ ਦਾ ਜਿਹੜਾ ਕਾਇਨਾਤ 'ਤੇ ਹੋਵੇ। ਉਸਲੇ ਗੁਰੂ ਨਾਨਕ ਜਿਹੜੀ ਬਾਤ ਕੀਤੀ ਹੈ ਨਜ਼ਾਕਤ ਬਲੋਚ ਨੇ ਲਿਖੀ ਹੈ, ਗੁਰੂ ਨਾਨਕ ਕਿਹਾ ਕਿ ਸ਼ਾਹ ਜੀ ਵੀਰ ਦੇ ਸਿਵਾਏ ਕਹਿ ਰਿਸ਼ਤੇ ਪਚਾਏ। ਹਾਏ ਹਾਏ ਹਾਏ, ਖੈਰ ਹੋਵੇ ਤੁਹਾਡੀ। ਕਹਿ ਰਿਸ਼ਤੇ ਪਚਾਏ ਸਾਰੇ
जग को डसाए ए धीए ए माए गुरु नानक लगाना आज शाबाश कौन इदा जाके देंदा जे हुसैन न हो मालिक तो थे राजी हो गया इमाम जमानत तो थे राजी हो गए मेरे बानिया की नौकरी कबूल हो जाए एक मरहून राकिर नु सवाब पहुंचाने वास्ते एक शेर पढ़ना कबरे सुतो है ना ओदा मंजूर हुसैन बिक गई कल नू कोई साड़ा ना लैके पड़ेगा यही नाम रह जाएगा सारे कसीदे ही मरण के बाद जाकिर ना लैके पढ़नगे तो मैं भी चाहना कि उन्हों सवाब पहुँचावा कल नू कोई सन भी सवाब पहुँचाएगा राणा ना हुसैन दे हर किसी नू फना है यही नाम रह जाएगा तो मैं उन्हों सवाब पहुँचाने वास्ते बेटा एक शेर पढ़ना मंजूर हुसैन बिग ने 50 साल मैंने होंदे पैन करबला आलिया की मुलाजमत जिमें उन्हें जना पे खदीजा लिखी इन मैं न कंबर साहब तो सुनी न मोहसन नकवी ने लिखिया वो आदन ये बा मुराद बनी और बा असूर बनी जरूरी नहीं भी अखीर ते बोलो इब्तदा च ही बोलो तुहाडे नाल मलाइका ही आए बैठे एडी वड़ी मजलस है जिद मलाइका नूं अल्लाह भेजदा तो तुसी कोशिश करो भी हर जाकिर नाल बोलो ये बा मुराद बनी और बा असूल बनी ये पहली थी जो ज़ौजाए रसूल बनी हाय 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 ये पहली थी जो ज़ौजाए रसूल बनी मैं इसकी इज्जत व अजमत रकम करूं कैसे ये इतनी पाक थी जो मादर बतूल बनी वाह 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 तुसी हक अदा कर बेटा मैं हौसला मिल गया मैं अपने घर पेपर में सारे मेरे मेहमान हैं मैं तू बेहतर मदा खान हैं मंजूर हुसैन विग ने जनाब खदीजा जिवें लिखी किसी ने लिखी एक शेर सुन दिया जी बिस्मिल्लाह ओ मरतबा है मुसल्ले ते लिखे हुए कसीदे हैं बिस्मिल्लाह करा हचाओ हैदरी ओ मर्तबा बिस्मिल्लाह हाथ उठता बेटा जे लैली खरैत देनी होवे जेड़ा पिन्ना लाया बैठा है वह क्यों हार समझदा है 14 तू मंगनी है खदीजा तेरा अज तू 40 साल पुरानी मजाक खानी है जाकरी है खदीजा शिरा दी वेखी बेटा केड़ा केड़ा आदी मां दी भी मां है बिस्मिल्लाह तकीशा जी नकीशा जी खैर हो तुम्हारी बिस्मिल्लाह करा हाथ जाओ हैदरी वाह 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 बिस्मिल्लाह जी तू यार आई मामा दी मां दी भी अपनी हर एक चीज मोहम्मद पे वार दी लोगो बड़ी अजीम है जहरा की वालिदा जो कुछ दिया है दीन को वापस नहीं लिया रब की तरह करीम है जहरा की वालिदा शेर पेश करना मरूम बिकसाबाध्यान हयात जेवर पाओ के शर्म दे गहने पाओ के दुल्हन बन के इमरान दे बूहे ते आ गई अरब दस्तूर आई नोआ सौरे तू कुंडा नपा भी लेनिया कुंडे छत पाया पुतालेब कोल आए आदिन मंग खदीजा आदि ये मंगती नहीं मेरे टुकड़े ते पलाना ले खनी पपड़ दिन हाय 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 मेरे टुकड़े ते पलाना ले खनी पपड़ दिन आज तेरी रियासत का पता लगेगा सौरे दा पता लगता रियासत दा आज पता लग सी जदों तू मैनू कुंडे नपा भी दे सी पूरा अरब मेरा मकरूज है मेरे 80,000 नौकर हैं मुस्करा के फरमाने तेरे बंदे नौकर हैं मेरे मलायक नौकर हैं हाय 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 हाय
ਤੇਰੀ ਥੋੜ੍ਹੀ ਜਿਹੀ ਹਕੂਮਤ ਹੈ, ਮੇਰੀ ਅਰਸ਼ਾਂ 'ਤੇ ਹਕੂਮਤ ਹੈ। ਉਸ ਆਖਿਆ ਹੁਣੇ ਪਤਾ ਲੱਗਦਾ ਹੈ, ਸਰਦਾਰ ਦੀ ਸਰਦਾਰੀ ਦਾ ਪਤਾ ਲੱਗਦਾ, ਨਵਾਬ ਦੀ ਨਵਾਬੀ ਦਾ ਪਤਾ ਲੱਗਦਾ। ਜਦੋਂ ਕੁੰਡਾ ਨਪਾ ਵੀ ਦਿੰਦੇ ਨੇ ਉਸਲੇ ਅਬੂ ਤਾਲਿਬ ਖੁਸ਼ ਹੋਏ, ਨੂੰਹ ਦੇ ਸਿਰ 'ਤੇ ਪਿਆਰ ਦਾ ਹੱਥ ਰੱਖ ਕੇ ਆਖਿਆ ਨੇ ਬਾਈ ਤੂੰ ਕੁੰਡਾ ਨਪਾ ਤੇ ਅਸਮਾਨ ਸਾਰੇ ਮੂੰਹ ਦਿਖਾ। ਸ਼ਾਬਾਸ਼ ਸ਼ਾਬਾਸ਼ ਬੇਟਾ, ਕਿਆ ਬਾਤ ਹੈ ਤੁਹਾਡੇ ਸੁਣਨ ਦੀ, ਹਲਾਲੀ ਬੈਠੇ ਹੋ, ਮਾਲਿਕ ਤੁਹਾਡੇ ਰਾਜ਼ੀ ਹੋਵੇ। ਅਗਲੀ ਸਤਰ ਪੜ੍ਹਨਾ, ਅਬੂ ਤਾਲਿਬ ਆਦਿਨ ਹਿੱਕਾ ਗੱਲ ਦੱਸ, ਤਵੱਜੋ ਹੈ, ਜੰਨਤ ਰੇਵਾਂ ਲੈਣੀ ਹੈ ਆਦੀ, ਉਹ ਤਾਂ ਮੁਹੰਮਦ ਦੀ ਜੁੱਤੀ ਦਾ ਨਾਂ ਹੈ, ਜੰਨਤ ਦਾ ਨਾਂ ਲੈਣੇ ਮੁਸਤਫਾ ਦਾ ਨਾਂ ਹੈ, ਜੰਨਤ ਨਹੀਂ ਲੈਂਦੀ। ਹਿੱਕਾ ਗੱਲ ਦੱਸਾ, ਮੇਰੇ 'ਚ ਕਿਹੜੀ ਬਾਤ ਲਿਠੀ ਹੈ, ਮੁੱਲਾ ਤੂੰ ਨਿਕਾਹ ਨਾ ਪੜਾਇਆ, ਆਪ ਪੜਿਆ, ਵਜ੍ਹਾ ਕਿਆ ਹੈ? ਮੁਸਤਨਸਰ ਬੇਟਾ ਅਬੂ ਤਾਲਿਬ ਖੁਸ਼ ਹੋ ਕੇ ਆਖਿਆ ਬਾਈ ਉਮੇ ਸਦੀਕ ਤੇਰੇ ਦਰ ਤੂੰ ਸਿੱਖਿਆ ਹਯਾ ਨੇ ਸਲੀ, ਹਾਏ 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 ਉਹ ਆਦਿਆਨ ਅਵਲ ਉਨਾ ਖਦੀਜਾ ਔਸਤੋਂ ਨਾ ਖਦੀਜਾ ਕੁੱਲੋ ਨਾ ਖਦੀਜਾ ਲਾਹੌਰ ਪੈ ਪੜਦੇ ਹਨ। ਜ਼ੁਲਫਕਾਰ ਸ਼ਾਹ ਹੋਰੀ ਮਰਹੂਮ ਬਾਨੀ ਹਨ, ਉਹ ਇਨਾਮ ਖਲੋਤੇ ਰਹਿੰਦੇ ਹਨ। ਉਹਨਾਂ ਆਖਿਆ ਸ਼ਾਹ ਬੇਗ ਸਾਹਿਬ ਕੁੱਲੋ ਨਾ ਮੁਹੰਮਦ ਤਾਂ ਸੁਣਦੇ ਰਹੇ ਹੈ, ਅੱਜ ਪਹਿਲੀ ਵਾਰ ਮਿੰਬਰ 'ਤੇ ਆਖੇ ਨੇ ਕੁੱਲੋ ਨਾ ਖਦੀਜਾ, ਕਿਹੜੀ ਕਿਹੜੀ ਖਦੀਜਾ ਆਈ? ਰੋ ਕੇ ਬੇਗ ਸਾਹਿਬ ਆਖਣ ਲੱਗਾ ਪਹਿਲੀ ਉਹ ਆਈ ਜਾਂਦਾ ਮੈਂ ਕਸੀਦਾ ਲਿਖਿਆ, ਦੂਜੀ ਉਹ ਆਈ ਜਿਹੜੀ ਪਿਓ ਦੇ ਕਮੀਆਂ ਦੇ ਅੱਗੂ ਪੌਣੇ ਚਾਰ ਘੰਟੇ ਖਲੋਤੀ ਰਹੀ ਹੈ। ਸ਼ਾਬਾਸ਼ ਸ਼ਾਬਾਸ਼, ਸੈਯਦ ਨਾ ਰੋਸਨ ਤੇ ਕੌਣ ਰੋਏਗਾ? ਬਿਸਮਿਲਾ ਕਰਾਂ, ਮੈਂ ਬਿਸਮਿਲਾ ਕਰਾਂ, ਹਾਜ਼ਰੀ ਹੋ ਗਈ ਨਜ਼ਾਕਤ। ਦੂਜੀ ਉਹ ਆਈ ਜਿਹੜੀ ਪੌਣੇ ਚਾਰ ਘੰਟੇ ਪਿਓ ਦੇ ਕਮੀਆਂ ਦੇ ਅੱਗੂ ਖਲੋਤੀ ਰਹੀ, ਪੌਣੇ ਚਾਰ ਘੰਟਿਆਂ ਬਾਅਦ ਦਾਦੀ ਆਈ ਚਾਚਾ ਸਲਮਾਨ ਥੱਕ ਗਈਆਂ ਸਦਕੇ ਵੰਜਾ, ਪੌਣੇ ਚਾਰ ਘੰਟੇ ਚੁੱਪ ਕਰਕੇ ਖਲੋਤੀ ਰਹੀ। ਬੇਗ ਸਾਹਿਬ ਆਖਣ ਲੱਗੇ ਤ੍ਰੀਜੀ ਖਦੀਜਾ ਕਰਬਲਾ ਚ ਆਈ, ਦੀਗਰ ਦਾ ਵੇਲਾ ਆਈ, ਫਿਰਾ ਦਾ ਕਾਤਿਲ ਆਇਆ, ਆਦੇ ਬੁਰਕਾ ਲਹਾ ਦੇ ਬੀਬੀ ਅਜੇ ਹਯਾ ਕਰ, ਫਿਰਾ ਮਰਾ ਕੇ ਬੁਰਕਾ ਹੀ ਦੇਵਾ, ਦੀਨ ਨੂੰ ਹੁਸੈਨ ਕੱਲਾ ਕਾਫੀ ਨਹੀਂ, ਆਦੇ ਨਹੀਂ ਮੈਨੂੰ ਚਾਦਰ ਲਹਾ ਦੇ ਜਿਸ ਚਾਦਰ ਤੇ ਅਲੀ ਨਮਾਜ਼ਾਂ ਪੜੀਆਂ, ਜਦ ਇਸ ਕਮੀ ਨੇ ਚਾਦਰ ਮੰਗੀ ਹੈ ਅਲੀ ਦੀ ਧੀ ਰੁਨੀਏ ਤੇ ਕੀ ਆਖਿਆ ਬਾਈ ਮੈਂ ਆਪਾਕ ਧੀ ਕਦਾਹੀ ਨਾ ਬਹਿਰੇ ਦੇ ਵਿੱਚ ਮੈਂ ਟੁਰੀ ਦੁਪਹਿਰ ਦੀ ਮੈਂ ਮਰ ਗਈ ਹਾਂ ਕਤਲ ਕਰ ਦੇ ਮੈਂ ਲਹਾ ਨਾ ਰਿਦਾ। ਬਿਸਮਿਲਾ ਸੈਯਦ, ਇਹੋ ਹੱਕ ਹੈ ਰੋਣ ਦਾ ਮੁਰਸ਼ਿਦ, ਤੁਸੀਂ ਸੈਯਦ ਮੇਰੇ ਰੋਸੋ ਤਾਂ ਕੌਣ ਰੋਏਗਾ ਜੀ? ਲੱਖ ਵਾਰੀ ਬਿਸਮਿਲਾ ਕਰਾਂ, ਲੱਖ ਵਾਰੀ ਸ਼ਿਰਾਜ਼ੀ ਹੋ ਸੈਯਦ ਹੋ, ਰੁਨੀ ਵੀ ਹੈ ਤੇ ਕੀ ਆਖਿਆ ਬਾਈ ਧੀ ਦੀ ਪਾਕ ਧੀਆ ਕਦਾਹੀ ਨਾ ਬਹਿ ਦੇ ਵਿੱਚ ਮੈਂ ਟੁਰੀ, ਸਦਕੇ ਵੰਜਾ ਅੱਬਾਸ ਨੇ ਲੱਠਾ ਜ਼ੈਨਬ ਮਰ ਗਈ ਹੈ ਮਰ ਗਈ ਆ, ਕਤਲ ਕਰ ਦੇ ਮੈਂ ਕੂ ਲਹਾ ਨਾ ਰਿਦਾ, ਇਹਦੀ ਚਾਦਰ ਪਿਆਰੀ ਆਈ। ਬਿਸਮਿਲਾ ਕਰ, ਮਨਜ਼ੂਰ ਹੋ ਗਈ ਮਹਿਲਸ, ਰੂਹਾਨੀਅਤ ਵੀ ਦੱਸਦੀ ਹੈ। ਸ਼ਾਹ ਜੀ ਬੇਗ ਸਾਹਿਬ ਨੂੰ ਬਾਨੀ ਨੇ ਪੁੱਛਿਆ ਤ੍ਰੈ ਖਦੀਜਾ ਸਪੜੀਆਂ, ਅੱਗਾ ਚੌਥੀ ਦੱਸੋ। ਮਿੰਬਰ ਤੇ ਰੋਵਣ ਲੱਗ ਗਿਆ, ਆਖਣ ਲੱਗੇ ਚੌਥੇ ਦੀ ਉਮਰ ਥੋੜੀ ਆਈ, ਦੁੱਖ ਢੇਰ, ਕੰਨੇ 'ਚ ਖੂਨ ਪਿਵਾਉਂਦਾ ਆਈ, ਦਮਨ ਨੂੰ ਅੱਗ ਲੱਗੀ ਹੋਈ ਆਈ। ਹਮੀਦ ਕੋਲ ਆਇਆ, ਬੀਬੀ ਕੰਢ ਕਰ ਗਈ, ਅੱਗੂ ਵੱਲ ਆਇਆ, ਆਦਾ ਡਰ ਨਹੀਂ, ਮੈਂ ਮੁਸਲਮਾਨ ਨਹੀਂ, ਮੈਂ ਈਸਾਈ ਹਾਂ,
ਮੈਂ ਤੇ ਅੱਗ ਬੁਝਾਵਣ ਆਇਆ। ਹਮੀਦਾ ਦਾ ਕੋਈ ਇਹਦਾ ਪਰਦਾ ਪਿਆਰਾ ਹੱਸ ਵਾਲਾ ਤੇ ਹੱਥਾਂ ਦਾ ਪਰਦਾ ਬਣਾ ਕੇ ਰੋ ਕੇ ਆਖਿਆ ਮੈਂ ਛੋਟੀ ਪਤੂ ਸਦਕੇ ਸਦ ਮੈਂ ਬਿਨ ਤੇ ਰਸੂ ਸਰ ਖੁੱਲਾ ਹੈ ਮੈਂ ਕੂੰਡਿਓ ਰਿਦਾ ਬਿਸਮਿਲਾ ਫਿਰ ਜਪਣ ਲਿਆ ਦੁਬਾਰਾ ਜਪਣ ਲਿਆ ਹੁਸੈਨ ਤੋਂ ਇੱਥੇ ਰਾਜ਼ੀ ਹੋਵੇ ਕਿਵੇਂ ਬਾਈ ਰੋ ਕੇ ਸਕੀਨਾ ਕੀ ਆਖਿਆ ਮੈਂ ਛੋਟੀ ਬਤੂ ਮੈਂ ਲਹਰਾ ਆਪਣੇ ਜ਼ਮਾਨੇ ਦੀ ਮੈਂ ਕੋ ਹੱਥ ਨਾ ਲਾ ਨਜਫ ਮੈਦਾਨ ਕੁਆ ਮੈਦਾਨ ਸਰ ਖੁੱਲਾ ਇਹਦੀ ਪਰਦਾਦਾਰ ਹੀ ਹੁਸੈਨ ਦੀ ਥੀ।